ਯੋ ਵਟਸਅਪ ਹੋ ਜੀ, ਕਿਵੇਂ ਹੋ, ਕੀ ਹਾਲ ਚਾਲ। ਸ਼ੋਭ ਇਸ ਬੈਕ ਗਾਇਸ, ਨਵਾਂ ਗਾਣਾ ਆ ਚੁੱਕਿਆ ਸ਼ੋਭ ਦਾ। ਗਾਣੇ ਦਾ ਨਾਮ ਹੈ ਜੀ ਬੀ ਮਾਈਨ, ਸਿੰਗਰ ਲਿਰਿਕਸ ਕੰਪੋਜ਼ਰ ਸ਼ੋਭ ਬਾਈ ਆ, ਮਿਊਜ਼ਿਕ ਪ੍ਰੋਡਕਸ਼ਨ ਹੈ ਜੀ ਸਿੱਕ ਬੋਏ ਦੀ, ਮਿਕਸ ਐਂਡ ਮਾਸਟਰ ਕੀਤਾ ਜੀ ਸਵਿਚ ਐਂਡ ਗੁਰਜੀਤ ਥਿਣ ਨੇ। ਬਿਫੋਰ ਸਟਾਰਟਿੰਗ ਦਾ ਵੀਡੀਓ ਚੈੱਕ ਕਰੋ ਸੌਂਗ ਆਫ ਦਾ ਡੇ। ਸੋ ਗਾਣਿਆਂ ਨਾਮ ਹੈ ਜੀ ਪਰਸਨਲ ਜੈਟ, ਆਰਟਿਸਟ ਨੇ ਡੀ ਕੈਲੀ ਬਾਈ, ਬਹੁਤ ਹੀ ਜ਼ਿਆਦਾ ਕੁਆਲਿਟੀ 'ਚ ਕੰਮ ਕਰ ਰਿਹਾ ਬਾਈ ਨੇ। ਰੀਸੈਂਟਲੀ ਇੱਕੇ ਨਾਲ ਵੀ ਕਲੈਬ ਕੀਤੀ ਸੀ ਬਾਈ ਦੀ, ਐਲਬਮ ਆ ਰਹੀ ਹੈ ਉਹਦਾ, ਪਹਿਲੇ ਟਰੈਕ ਹਾਲੇ ਡਰੋਪ ਹੋਇਆ, ਜਾ ਕੇ ਜ਼ਰੂਰ ਚੈੱਕ ਕਰੀਓ, ਓਨੈਸਟਲੀ ਤੁਹਾਨੂੰ ਗਾਣਾ ਪਸੰਦ ਆਊਗਾ। ਐਂਡ ਜੇ ਇੱਥੋਂ ਜਾਓਗੇ ਤਾਂ ਕਮੈਂਟ ਜ਼ਰੂਰ ਕਰਕੇ ਆਇਓ ਲਵ ਫਰੋਮ ਬ੍ਰਦਰ ਓ ਜੀ। ਲੈਟਸ ਚੈੱਕ ਆਊਟ ਕਿੱਦਾਂ ਦੀ ਸਾਊਂਡ ਬਣਾਈ ਆ, ਕੀ ਨਵਾਂ ਇਸ ਗਾਣੇ 'ਚ, ਸੁਣਦੇ ਹਾਂ। ਓ ਸਮਰ ਵਾਈਬਸ, ਰੋਮੈਂਟਿਕ ਵਾਈਬਸ ਹੈ। ਕਿਆ ਬਾਤ ਹੈ ਯਾਰ, ਮਤਲਬ ਕਾਫੀ ਪੋਜ਼ਿਟਿਵ ਵਾਈਬ ਆ ਨਾ ਗਾਣੇ 'ਚ, ਬੀਟ ਹੈ ਨਾ ਸ਼ੋਭੂ ਬਾਈ ਦੇ ਗਾਣੇ 'ਚ। ਮੈਂ ਇੱਕ ਚੀਜ਼ ਨੋਟਿਸ ਕਰਦਾ ਹੁਣ, ਅੱਜ ਕੱਲ੍ਹ ਬਹੁਤ ਜ਼ਿਆਦਾ ਲਾਈਕ ਇੰਸਟਰੂਮੈਂਟਲ ਵੀ ਬਹੁਤ ਜ਼ਿਆਦਾ ਹੁੰਦੇ ਨਾ ਕਈ ਗਾਣਿਆਂ 'ਚ, ਹੈ ਨਾ, ਕਈ ਰੋਮੈਂਟਿਕ ਗਾਣਿਆਂ 'ਚ ਵੀ ਮੈਂ ਦੇਖਿਆ ਬਹੁਤ ਜ਼ਿਆਦਾ ਮਿਊਜ਼ਿਕ ਚੱਲ ਰਿਹਾ ਹੁੰਦਾ, ਬਹੁਤ ਮਾਈਨਰ ਜਿਹੇ ਇੰਸਟਰੂਮੈਂਟ ਆ ਨਾ, ਮਾਈਨਰ ਜਿਹਾ ਚੱਲ ਰਿਹਾ ਗਾ। ਸੋ ਚੀਜ਼ ਘੈਂਟ ਲੱਗ ਰਹੀ ਹੈ ਨਾ, ਅਤੇ ਬਾਈ ਦੀ ਵੋਕਲ ਕਾਫੀ ਨਿਖਰ ਕੇ ਆ ਰਹੀ ਹੈ ਨਾ, ਉਹ ਚੀਜ਼ ਕੂਲ ਲੱਗ ਰਹੀ ਸੁਣਨ 'ਚ। ਹਲਕਾ ਫੁਲਕਾ ਹੈ ਗਾਣਾ ਨਾ। ਹਉ ਨਾ ਕਰੇ ਤੇਰੇ ਨੇ ਕਿੰਨੇ ਪੜਤੇ ਫੱਕਰ ਕੀ ਬੈਲੀ ਸਾਰੇ ਜੱਗ ਤੇ, ਯਾ ਜਾਣ ਕੇ ਗਲੀ ਦੇ ਵਿੱਚ ਲੰਘਦੀ ਤੇ ਉੱਤ ਨੱਕ ਝਾੜਦੀਆਂ ਰੱਖ ਲੱਕ ਤੇ ਹੱਥ ਨਹੀਂ ਇਹ ਕਦਲੇ ਕਰਾ ਦੂ ਤੇਰੀ ਅੱਖ ਕੁੜੇ ਜਾਣ ਕੱਢੀ ਜਾਂਦੀਆਂ ਅਦਾਵਾਂ, ਯੈਸ ਕਤਲ ਕਰਾ ਦੂ ਅੱਖ ਕੁੜੇ ਜਾਣ ਕੱਢੀ ਜਾਂਦੀਆਂ ਅਦਾਵਾਂ, ਇੱਕ ਵਾਰੀ ਜੇ ਤੂੰ ਹਾਂ ਕਰੇ ਜਿੰਦ ਤੇਰੇ ਨਾਮ ਵੀ ਕਰਾ ਦਾਂ, ਯੈਸ ਕਿਆ ਬਾਤ ਹੈ ਯਾਰ। ਹਰੇਕ ਹੈ ਨਾ, ਮਤਲਬ ਜਿਹੜੇ ਬੰਦੇ ਚੱਕਵੇਂ ਗਾਣੇ ਗਾ ਰਹੇ ਆਪਣੇ ਆਰਟਿਸਟ ਹੈ ਨਾ, ਜਿਹੜੇ ਗੈਂਗਸਟਰ ਵਾਈਬ ਰੱਖਦੇ ਆ, ਸ਼ੁਭ ਹੈ ਨਾ ਪੂਰੀ ਲਾਈਕ ਗੈਂਗਸਟਰ ਵਾਈਬ ਰੱਖਦਾ ਯਾਰ, ਗੱਡੀਆਂ ਤੋਂ ਲੈ ਕੇ ਸ਼ੁਭ ਬਾਈ ਦੇ ਜਿੰਨੇ ਵੀ ਗਾਣੇ ਆਪਾਂ ਹੁਣ ਤੱਕ ਸੁਣੇ ਆ ਨਾ, ਮਤਲਬ ਸਾਰੇ ਇੱਕ ਤਕੜੀ ਵਾਈਬ ਰੱਖਦੇ ਆ। ਐਂਡ ਕਿਤੇ ਨਾ ਕਿਤੇ ਹਰੇਕ ਬੰਦੇ ਦੇ ਵਿੱਚ ਹੈ ਨਾ ਇੱਕ ਰੋਮੈਂਟਿਕ ਸਾਈਡ ਹੁੰਦੀ ਆ, ਸੋ ਰੋਮੈਂਟਿਕ ਜਿਹੜੀ ਸੈਡ ਆ ਉਹ ਸ਼ੁਭ ਦੇ ਇਹਨਾਂ ਗਾਣਿਆਂ 'ਚ ਹੀ ਇਹ ਹੋ ਗਿਆ ਵਨ ਲਵ, ਉਹ ਤਾਂ ਮੇਰਾ ਫੇਵਰੇਟ ਗਾਣਾ ਯਾਰ, ਉਹ ਗਾਣਾ ਅੱਜ ਵੀ ਸੁਣਦੇ ਆ ਨਾ ਇੱਦਾਂ ਲੱਗਦਾ ਯਾਰ, ਬਹੁਤ ਫਰੈਸ਼ ਹੀ ਆ ਨਾ, ਬਹੁਤ ਸਹੀ ਚੀਜ਼ ਸੀ ਉਹ ਵੀ ਗਾਣਾ ਯਾਰ, ਆ ਵੀ ਗਾਣਾ ਮਤਲਬ ਉੱਦਾਂ ਦੇ ਜ਼ੋਨ 'ਚ ਹੀ ਜਾ ਰਿਹਾ ਘੈਂਟ ਆ। ਦਿਮਾਗ ਕਹਿੰਦਾ ਇੱਕ ਵਾਰੀ ਹਾਂ ਕਰ, ਸਾਰਾ ਕੁਛ ਤੇਰੇ ਨਾਲ ਆ ਦਾਂਗੇ, ਦੱਸ ਮੈਂ ਹਉ ਦੇਖੀ ਨਾ ਦੇਖੀ ਨਾ ਤੇਰੀ ਕਰਜੀ ਮੇਰੇ ਤੇ ਸਹੇਲੀ ਤੇਰੀ ਮਰਦੀ, ਓਹੋ ਸਫੋੜਾ ਕੀ ਪੰਡੋਰਾ ਲਾ ਤੂੰ ਲੈਨ ਨੀ ਲਾਲਾ ਜੱਟ ਨਾਲ ਯਾਰੀ ਕਿਉਂ ਡਰਦੀ, ਯੈਸ ਦਿਲ ਕੱਲਾ ਸਾਂਭ ਕੇ ਤੂੰ ਰੱਖ ਕੁੜੇ ਸਾਂਭ ਲੂ ਮੈਂ ਤੇਰਿਆਂ ਭਰਾਵਾਂ, ਓਹੋ ਦਿਲ ਸਾਂਭ ਕੇ ਤੂੰ ਰੱਖ ਕੁੜੇ ਸਾਂਭ ਲੂ ਮੈਂ ਤੇਰਿਆਂ ਭਰਾਵਾਂ,
ਨਾਈਸ ਬੀ ਮਾਈਨ ਸ਼ੁਭ ਓਕੇ ਦੈਟਸ ਇਟ। ਸੋ ਇਹ ਸੀਗਾ ਗਾਣਾ ਜੀ ਬੀ ਮਾਈਨ, ਬੜਾ ਹੀ ਸੋਲਫੁਲ ਜਿਹਾ ਸਾਊਂਡ ਕਰ ਰਿਹਾ ਗਾਣਾ, ਬੜਾ ਹੀ ਮਤਲਬ ਗੁੱਡ ਵਾਈਬਸ, ਪੋਜ਼ਿਟਿਵ ਵਾਈਬਸ ਦੇ ਰਿਹਾ ਹੈ ਨਾ। ਮਤਲਬ ਇਹਦੇ ਗਾਣੇ ਵਿੱਚ ਕੁਛ ਵੀ ਇੱਦਾਂ ਦਾ ਨਹੀਂ ਸੀਗਾ ਜਿਹਦੇ 'ਤੇ ਕੁਛ ਸ਼ੌਕੇਬਲ ਜਿਹੇ ਰਿਐਕਸ਼ਨ ਦਿੱਤੇ ਹਨ। ਬੜਾ ਮਤਲਬ ਨੋਰਮਲ ਜਿਹੀਆਂ ਗੱਲਾਂ ਹੈ ਨਾ ਜੋ ਬੰਦਾ ਕਿਸੇ ਨੂੰ ਪਸੰਦ ਕਰਦਾ ਜਦੋਂ, ਹੈ ਨਾ ਉਹ ਬੰਦਾ ਮਤਲਬ ਹੈ ਨਾ ਉਹ ਚੀਜ਼ ਲਿਖੀ ਹੈ ਕਿ ਮੈਨੂੰ ਤੇਰੀਆਂ ਕਿਹੜੀਆਂ ਅਦਾਵਾਂ ਵਧੀਆ ਲੱਗਦੀਆਂ, ਹੈ ਨਾ ਵੀ ਤੈਨੂੰ ਦੱਸ ਕੀ ਚਾਹੀਦਾ, ਹੈ ਨਾ ਮਤਲਬ ਇੰਨੇ ਕੁ ਜੋਗੇ ਅਸੀਂ ਹੈਗੇ ਹਾਂ ਤੇਰੇ ਲਈ ਕੁਛ ਵੀ ਕਰ ਸਕਦੇ ਹਾਂ, ਹੈ ਨਾ। ਅਤੇ ਵੀ ਹੈ ਨਾ ਮੈਨੂੰ ਉਸ ਔਨਲਾਈਨ ਸਭ ਤੋਂ ਘੈਂਟ ਲੱਗੀ, ਹੈ ਨਾ ਵੀ ਤੇਰੇ ਭਰਾਵਾਂ ਨੂੰ ਆਪੇ ਸਾਂਭ ਲਓ ਤੂੰ, ਬਸ ਮੇਰਾ ਦਿਲ ਸਾਂਭ ਲਾ। ਸੋ ਉਹ ਚੀਜ਼ ਬੜੀ ਘੈਂਟ ਸੀ ਨਾ ਯਾਰ, ਉਹ ਮੱਠੀ ਜੀ ਰਾਈਮ ਸੀਗੀ ਗਾਣੇ 'ਚ, ਹੈ ਨਾ ਮੱਠਾ ਮੱਠਾ ਗਾਣਾ। ਮੈਨੂੰ ਇੱਦਾਂ ਦੇ ਗਾਣੇ ਸੱਚੀ ਬਹੁਤ ਪਸੰਦ ਹੈ, ਕਿਉਂਕਿ ਇੱਦਾਂ ਦੇ ਗਾਣੇ ਤੁਸੀਂ ਕਦੇ ਵੀ ਸੁਣੋਗੇ ਨਾ ਤੁਸੀਂ ਭੁੱਲ ਜੇ ਜਾਂਦੇ ਹੋ, ਤੁਸੀਂ ਮਤਲਬ ਕਿਹੜੀ ਦੁਨੀਆਂ 'ਚ ਫਿਰਦੇ ਹੋ ਨਾ, ਮਤਲਬ ਤੁਹਾਨੂੰ ਰਿਲੈਕਸੇਸ਼ਨ ਜੀ ਦੇਣ ਵਾਲਾ ਗਾਣਾ ਹੈ ਨਾ, ਉੱਦਾਂ ਦਾ ਗਾਣਾ ਹੈ। ਬਾਕੀ ਗੱਡੀ ਗੁੱਡੀ 'ਚ ਰੋਮਾਂਟਿਕ ਵਾਈਬ ਵਾਲਾ ਗਾਣਾ ਹੈ ਨਾ, ਗੱਡੀ ਗੁੱਡੀ ਜਾਂਦੇ ਸੁਣੋਗੇ ਲੌਂਗ ਡਰਾਈਵ 'ਤੇ ਬੰਦਾ ਜਾ ਰਿਹਾ, ਉੱਦਾਂ ਦਾ ਗਾਣਾ। ਇੱਦਾਂ ਦੇ ਗਾਣਿਆਂ ਦੀ ਓਬਵੀਅਸਲੀ ਜਿਹੜੀ ਏਜ ਆ ਉਹ ਦੂਜੇ ਗਾਣਿਆਂ ਨਾਲੋਂ ਜ਼ਿਆਦਾ ਹੁੰਦੀ ਆ, ਸੋ ਗਾਣੇ ਜ਼ਿਆਦਾ ਘੈਂਟ ਸਾਊਂਡ ਕਰਦੇ ਇੱਦਾਂ ਦੇ। ਬਾਕੀ ਤੁਹਾਡੇ ਓਪੀਨੀਅਨ ਕਮੈਂਟਾਂ ਜ਼ਰੂਰ ਦੱਸਿਓ। ਮੈਨੂੰ ਗਾਣਾ ਬਹੁਤ ਘੈਂਟ ਲੱਗਿਆ, ਸ਼ੁਭ ਏਪੀ ਕਰਨ ਔਜਲਾ ਜਿਹੜੇ ਹੁਣ ਇਹ ਕੰਮ ਕਰ ਰਹੇ ਜਿੱਦਾਂ ਦੇ ਗਾਣੇ ਬਣਾ ਰਹੇ। ਸਟਿਲ ਲੋਕ ਕਈ ਵਾਰੀ ਕਹਿ ਦਿੰਦੇ ਆ ਕਿ ਯਾਰ ਨਹੀਂ ਇਹਨਾਂ ਦੇ ਚੱਕਵੇਂ ਗਾਣੇ ਪਸੰਦ ਆਉਂਦੇ ਆ, ਬਟ ਕਿਤੇ ਨਾ ਕਿਤੇ ਇਹ ਗਾਣੇ ਲੌਂਗ ਟਰਮ 'ਚ ਜਾ ਕੇ ਤੁਸੀਂ ਵੀ ਸੁਣਦੇ ਪਏ ਹੋਵੋਗੇ। ਜਿੱਦਾਂ ਮੈਂ ਬਾਈ ਦਾ ਜਿਹੜਾ ਵਨ ਲਵ ਗਾਣਾ ਸੀ ਉਹ ਹਜੇ ਵੀ ਸੁਣਦਾ ਨਾ, ਸੋ ਇੱਦਾਂ ਹੀ ਆ ਇਹ ਗਾਣੇ ਦੀ ਜ਼ਿਆਦਾ ਹੁੰਦੀ ਆ। ਬਾਕੀ ਕਮੈਂਟ ਕਰਕੇ ਦੱਸਿਓ ਤੁਹਾਡੇ ਓਪੀਨੀਅਨ। ਮਿਲਦੇ ਆਪਾਂ ਕਿਸੇ ਹੋਰ ਵੀਡੀਓ 'ਚ।